ਪੰਚੈਰੀ, ਪੰਚੈਰੀ ਬੜਾ ਠੰਡਾ ਤੇ ਖੂਬਸੂਰਤ ਇਲਾਕਾ ਹੈ। ਇਸ ਵੇਲੇ ਅਸ ਪੰਚੈਰੀ ਦੇ ਇੱਕ ਬਾਜ਼ਾਰ 'ਚ ਖੜੋਤੇ ਦੇ ਹਾਂ। ਇਹ ਤੁਸ ਮੇਰੇ ਪਿੱਛੇ ਪੰਚੈਰੀ ਦੇ ਜਿਹੜੇ ਬੜੇ ਖੂਬਸੂਰਤ ਦ੍ਰਿਸ਼ ਤੁਸ ਦੇਖੀ ਸਕਦੇ ਹੋ। ਇਹ ਗੌਰਮੈਂਟ ਮਿਡਲ ਸਕੂਲ ਹੈ ਜਿਹੜਾ ਇੱਥੇ ਬਣਦਾ ਹੈ। ਔਰ ਪੰਚੈਰੀ ਦੀ ਮੈਂ ਤੁਸੀਂ ਗੱਲ ਦੱਸਾਂ ਕਿ ਮਤੀ ਦੂਰ ਨਹੀਂ ਹੈ, ਉਧਮਪੁਰਾ ਕੋਲ ਲਗਭਗ ਕੋਈ 37-38 ਕਿਲੋਮੀਟਰ ਦਾ ਛਿੰਡਾ ਪੰਚੈਰੀ ਦਾ। ਔਰ ਜਿਸ ਵੇਲੇ ਵੀ ਤੁਸੀਂ ਕੋਈ ਗਰਮੀ ਥੋੜ੍ਹੀ ਮਹਿਸੂਸ ਹੋਇਆ ਤੇ ਸਿੱਧੇ ਤੁਸ ਪੰਚੈਰੀ ਪੁੱਜ ਸਕਦੇ ਹੋ। ਪਿਛਲੇ ਸਾਲ ਜਿਸ ਵੇਲੇ ਅਸ ਆਏ ਤਾਂ ਕੈਂਥ ਗਲੀ ਦਾ ਥੋੜ੍ਹੇ ਹਰੀ ਅੱਗੇ ਪੁੱਜੇ ਤਾਂ ਰਸਤੇ ਦੀ ਹਾਲਤ ਬੜੀ ਖਸਤਾ ਸੀ। ਪਹਿਲਾਂ ਤਾਂ ਮਾਣ ਕੀਤਾ ਭਾਈ ਇੱਥੋਂ ਕੋਈ ਪਰਤੋਈ ਚਲ ਜਾ, ਫਿਰ ਕੋਸ਼ਿਸ਼ ਕੀਤੀ ਵੀ ਚਲੋ ਕੈਂਕਰਾ ਪੇਦਾ ਉਸ ਉੱਪਰ ਗੱਡੀ ਦਵਾੜੀ ਹੈ ਪੰਚੈਰੀ ਪੁੱਜੇ। ਪਰ ਅੱਜ ਅਸ ਆਏ ਹਾਂ, ਰਸਤਾ ਬੜਾ ਸ਼ੈਲ ਹੈ ਔਰ ਸੜਕ ਵੀ ਮੀਂਹ ਲੱਗਦਾ ਕਿ ਲੋਕ ਥੋੜ੍ਹੇ ਚਿਰ ਪਹਿਲੇ ਦੀ ਗਏ ਪਾਈ ਦੀ ਹੈ। ਚਲੋ ਵਿੱਚੇ ਬਾਹਰੇ ਪਟਵਾਈ ਵੀ ਜਾਂਦੀ। ਔਰ ਸਾਰੇ ਕੋਲੋਂ ਵੱਡੀ ਗੱਲ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਧਮਪੁਰ ਹੈ ਉਸ ਦਾ ਧੰਨਵਾਦ ਕਰਨਾ ਬੜਾ ਜ਼ਰੂਰੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਿਆਨ ਲੈਤਾ ਔਰ ਇਸ ਸੈਲ ਸਫਾ ਵਾਲੀ ਜਗ੍ਹਾ ਉੱਪਰ ਰਸਤੇ ਦੀ ਜਿਹੜੀ ਸੁਵਿਧਾ ਸੀ ਲੁੱਕ ਪਾਈ ਹੈ ਥੋੜ੍ਹਾ ਸ਼ੈਲ ਬਣਾਈ ਰਿਹਾ ਤਾਂ ਕਿ ਲੋਕ ਜਿਹੜੇ ਆਪਣੀਆਂ ਨਿੱਜੀ ਗੱਡੀਆਂ ਲਈ ਉੱਥੇ ਆਉਂਦੇ ਨੇ ਉਹਨੇਗੀ ਕਿਸੇ ਹਿਸਾਬ ਦੀ ਜਿਹੜੀ ਅਸੁਵਿਧਾ ਉਹ ਨਹੀਂ ਹੋਇਆ। ਇਸ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਜਿਸ ਏਜੰਸੀ ਨੇ ਪੰਚੈਰੀ ਵਾਲੀ ਸੜਕਾਂ ਪਰ ਲੁੱਕ ਪਵਾਈ ਹੈ ਉਸ ਦਾ ਅਸ ਸ਼ੁਕਰੀਆ ਅਦਾ ਕਰਨੇ ਆ। ਔਰ ਇਹ ਆਖਣੇ ਆ ਕਿ ਵਿੱਚੇ ਬਾਰੇ ਜ਼ਰੂਰ ਇਸ ਦੇ ਚੱਕਰ ਲਾਉਣਾ ਔਰ ਜਿਹੜੇ ਵੀ ਭਾਈ ਆਪਣੇ ਕੋਈ ਨਿੱਕੇ ਮੋਟੇ ਜਿਹੜੇ ਖੱਡੇ ਬਣੇ ਦੇਣ ਉਹਨੇਗੀ ਵੀ ਭਰਨੇ ਦੀ ਕੋਸ਼ਿਸ਼ ਕਰਨੀ ਤਾਂ ਕਿ ਆਉਣੇ ਜਾਣੇ 'ਚ ਕੁਛ ਹੈਗੀ ਦਿੱਕਤ ਨਹੀਂ ਹੋਵੇ। ਪੰਚੈਰੀ ਕੀ ਮਸ਼ਹੂਰ ਹੈ, ਮੌਸਮ ਕੈਸਾ ਹੁੰਦਾ ਹੈ, ਕਿ ਇੱਥੇ ਹੁੰਦਾ ਹੈ, ਇਸ ਸਰਬੰਧਾਂ 'ਚ ਗੱਲਬਾਤ ਕਰਨੇ ਆ। ਸਾਰੇ ਕੰਨਾਂ ਇੱਥੋਂ ਦੇ ਬਜ਼ੁਰਗ ਮਾਸਟਰ ਹੋਰ ਨੇ। ਮਾਸਟਰ ਜੀ ਇੱਕ ਤੇ ਤੁਸੀਂ ਕੀ ਨਮਸਤੇ। ਨਮਸਕਾਰ ਮਹਾਰਾਜ, ਨਮਸਤੇ। ਦੂਆ ਇਹ ਦੱਸੋ ਆਪਣਾ ਨਾਂ ਦੱਸੋ ਬਾਕੀ ਵਾਲੇ। ਮੇਰਾ ਨਾਂ ਪ੍ਰੇਮਨਾਥ ਹੈ, ਮੈਂ ਰਿਟਾਇਰ ਮਾਸਟਰ ਹਾਂ। ਅੱਛਾ, ਤੇ ਹੁਣ ਬਸ ਆਪਣੀ ਦਵਾਈ ਦੁਕਾਨ ਰੱਖੀ। ਚਲੋ ਬੜਾ ਅੱਛਾ, ਬੜਾ ਟਾਈਮ ਪਾਸ ਕਰਨ ਵਾਸਤੇ। ਕਿੰਨੀ ਆਜੂ ਹੋਈ ਹੈ ਤੁੰਦੀ? ਇਸ ਲਈ ਮੇਰੀ 75 ਸਾਲ ਉਮਰ ਹੈ ਜੀ। 75 ਸਾਲ, 75 ਸਾਲ। ਅੱਛਾ, ਮੈਂ ਇਹ ਦੱਸੋ ਪੰਚੈਰੀ ਜਿਹੜਾ ਬੜਾ ਖੂਬਸੂਰਤ ਇਲਾਕਾ, ਇਹਦੇ ਬਾਰੇ 'ਚ ਥੋੜ੍ਹਾ ਸਾਰੇ ਦੇਖਣੇ ਵਾਲੇ ਦੱਸੀ ਦਿਓ। ਇਹ ਤੁਸੀਂ ਇਹ ਗੱਲ ਪੁੱਛੀ ਅਗਰ ਮੇਰੇ ਕੋਲ ਆ ਕਿ ਪੰਚੈਰੀ, ਇਹ ਪਹਿਲਾਂ ਤੁਸੀਂ ਦੱਸੋਗੇ ਕਿ ਪੰਚੈਰੀ ਨਾਂ ਕੀ ਹੈ, ਕੀ ਗੱਲ ਹੈ? ਬਿਲਕੁਲ, ਇੱਥੇ ਪੰਚੈਰੀ ਜਗ੍ਹਾ ਜਗ੍ਹਾ ਇੱਥੇ ਪੰਜ ਰਸਤੇ ਮਿਲਦੇ। ਪੰਜ ਰਸਤੇ ਪੰਚ ਰਾਹੀ ਆਖੇ ਜਾਂਦਾ। ਪੰਚ ਰਾਹੀ ਦਾ ਬਣਦੇ ਬਣਦੇ ਪੰਚੈਰੀ ਬਣੀ, ਇਹ ਪੰਚੈਰੀ ਬਣੀ ਆ। ਤੇ ਬੜੀ ਅੱਛੀ ਜਗ੍ਹਾ ਹੈ ਇਹ ਪੰਚੈਰੀ ਜਗ੍ਹਾ। ਪੂਰਾ ਤੁਸੀਂ ਦੇਖਾ ਕਰਦੇ ਹੋ ਇੱਕ ਜਗ੍ਹਾ, ਪੂਰਾ ਇਲਾਕਾ ਰੋਰ ਪਾਰ ਲਾਂਦਰ ਭਮਾਗ, ਇਹਦਾ ਇੱਕ ਸੈਂਟਰ ਪਲੇਸ ਹੈ ਪੰਚੈਰੀ। ਅੱਛਾ, ਤੋ ਇੱਥੇ ਤਹਿਸੀਲ ਹੈਡਕੁਆਟਰ ਹੈ, ਇਹ ਤਹਿਸੀਲ ਹੈਡਕੁਆਟਰ ਤੇ ਮੰਗਰੀ ਵੀ ਹੈ ਅੱਜ ਕੱਲ੍ਹ, ਲੇਕਿਨ ਪੰਚੈਰੀ ਜਗ੍ਹਾ ਹੈ ਇਹ ਜ਼ਿਆਦਾ ਹੈ, ਮਤਲਬ ਇਹ ਹੈ ਕਿ ਅੱਛਾ। ਤੇ ਇਹ ਇਲਾਕਾ ਸਾਗਾ ਜਗ੍ਹਾ ਹੈ, ਕੁਦਰਤੀ ਨਜ਼ਾਰਿਆਂ ਕਿਸ਼ਾ ਪੰਚੈਰੀ ਜਗ੍ਹਾ ਬਗਾ ਭਰਪੂਰ ਹੈ। ਅੱਛਾ, ਕੁਦਰਤੀ ਦਹਿਣ ਹੈ ਕਿ ਮਤਲਬ ਹੈ ਕਿ ਇੱਥੇ ਤੁਸੀਂ ਜਿਵੇਂ ਗੁਲਮਰਗ ਜਾਂਦੇ ਹੋ ਤਾਂ ਸਮਝੋ ਕਿ ਪੰਚੈਰੀ ਵੀ ਆਉਂਦੇ ਹੋ ਤਾਂ ਗੁਲਮਰਗ ਜੈਸੀ ਜਗ੍ਹਾ ਹੈ। ਬਿਲਕੁਲ, ਇੱਥੋਂ ਦੇ ਠੰਡੇ ਪਾਣੀ, ਕੁਦਰਤੀ ਦੇਣ ਤੇ ਪਾਣੀ ਵੀ ਠੰਡੇ ਨੇ ਇੱਥੇ। ਅੱਛਾ, ਅਸੀਂ ਜਗ੍ਹਾ ਪਾਣੀ ਪੀਨੇ ਆ ਬਗੈਰ ਫਰਿੱਜ ਦਾ, ਚਸ਼ਮੇ ਦਾ ਪਾਣੀ ਇੰਨਾ ਠੰਡਾ ਹੁੰਦਾ ਜਿੰਨਾ ਜੰਮੂ ਫਰਿੱਜ ਦਾ ਪਾਣੀ ਹੈ, ਇੰਨਾ ਪਾਣੀ ਸਾਡਾ ਕੁਦਰਤੀ ਠੰਡਾ ਹੈ। ਮੈਂ ਪੱਖੇ ਸ਼ੱਕੇ ਦਾ ਇਸਤੇਮਾਲ ਵੀ, ਪੱਖੇ ਦਾ ਇਸਤੇਮਾਲ ਬੜਾ ਘੱਟ ਗਿਆ ਜਿੱਥੇ
ਫਰਜ਼ੀ ਤੌਰ ਉੱਪਰ ਲਾ ਦੇ ਫੈਸ਼ਨ ਦੇ ਤੌਰ ਉੱਪਰ, ਲੇਕਿਨ ਘਰ ਮੇਰੇ ਤੁਸੀਂ ਆਖੋ ਤਾਂ ਕੋਈ ਪੱਖਾ ਨੀ, ਕੋਈ ਕੂਲਰ ਨੀ, ਕੋਈ ਕੁਛ ਨੀ। ਅੱਛਾ ਮੈਨੂੰ ਦੱਸੋ ਬਈ ਬਰਫ਼ਬਾਰੀ ਕਿੰਨੀ ਹੁੰਦੀ ਹੈ ਇੱਥੇ? ਬਰਫ਼ਬਾਰੀ ਇੱਥੇ ਪਹਿਲੇ ਅੱਜ ਕੱਲ ਕੁਛ ਘਟੀ, ਲੇਕਿਨ ਪਹਿਲਾਂ ਕੋਈ 3 ਫੁੱਟ 2.5 ਫੁੱਟ 3 ਫੁੱਟ ਬਰਫ਼ ਘਟੀ। ਕੀ ਹੈ, ਕੀ ਘਟੀ, ਕਾਰਨ ਕੀ ਹੋਇਆ? ਕੁਦਰਤੀ ਇਸ ਤਰ੍ਹਾਂ ਹੈ ਕਿ ਕੁਛ ਬਾਰਿਸ਼ਾਂ ਵੀ ਘਟੀਆਂ, ਕੁਦਰ ਬੂਟੇ ਦੀ ਕਟਾਈ ਹੋਈ ਜਾਂ ਬੂਟੇ ਮਤਲਬ ਜੰਗਲ ਘਟੀ ਹੈ। ਅੱਛਾ, ਤੋ ਇਹ ਬਾਰਿਸ਼ ਜਾਂ ਇਹ ਜਿਹੜਾ ਮੌਸਮ ਇਹ ਜੰਗਲਾਤ ਦੇ ਉੱਪਰ ਬੂਟੇ ਦੇ ਉੱਪਰ ਵਗਾਦਾਰ ਅਮਲ ਕਰਦਾ, ਬਿਲਕੁਲ ਬਿਲਕੁਲ। ਤੋ ਇਹ ਕੁਛ ਉਸ ਵਜ੍ਹਾ ਵੀ ਹੋ ਸਕਦੀ। ਦੂਆ ਐਸਾ ਹੈ ਕਿ ਕੁਛ ਕੁਦਰਤੀ ਵੀ ਐਸਾ ਹੋ ਸਕਦਾ ਕੁਛ ਸਾਲ ਦੇਖੋ, ਬਾਕੀ ਜਗ੍ਹਾ ਵੀ ਥੋੜੀਆਂ ਹੁਣ ਤੱਤੀਆਂ ਹੋਇਆ ਕਰਦੀਆਂ। ਤੇ ਫਲ ਫਲਿਆਈ ਮਾਸਟਰ ਜੀ ਕੀ ਕੀ ਹੁੰਦੀ ਇੱਥੇ? ਫਲ ਫਲਾਈ ਇੱਥੇ ਮਹਾਰਾਜ ਹਰ ਚੀਜ਼ ਜੋ ਕਸ਼ਮੀਰ ਵਿੱਚ ਹੁੰਦਾ ਸਭ ਇੱਥੇ ਹੁੰਦਾ। ਸੇਬ ਇੱਥੇ ਹੁੰਦਾ, ਖੁਬਾਨੀ ਇੱਥੇ ਹੁੰਦੀ, ਨਾਸ਼ਪਾਤੀ ਇੱਥੇ ਹੁੰਦੀ, ਇਹ ਮਤਲਬ ਇਹ ਹੈ ਕਿ ਅੰਗੂਰ ਇੱਥੇ ਹੁੰਦਾ, ਹਰ ਚੀਜ਼ ਜਿਹੜੀ ਵੀ ਮਤਲਬ ਅਖਰੋਟ ਇੱਥੇ ਹੁੰਦਾ, ਜ਼ਿਆਦਾ ਅਖਰੋਟ ਦੀ ਖੇਤੀ ਤੇ ਸੇਬ ਦੀ ਮਤਲਬ ਜ਼ਿਆਦਾ ਇੱਥੇ ਹੁੰਦੀ। ਕਲਾੜੀ ਪੰਚਾਇਰੀ ਦੀ ਮਸ਼ਹੂਰ ਹੈ ਜਾਂ ਰਾਮਨਗਰ ਦੀ? ਐਕਚੁਲੀ ਦਰਅਸਲ ਪੰਚਾਰੀ ਦੀ ਕਲਾੜੀ ਜਿਹੜੀ ਮਸ਼ਹੂਰ ਹੈ, ਇਹ ਨਹੀਂ ਉਹ ਆਖਰਨਾ ਇੱਥੋਂ ਰਹਿਣ ਵਾਲਾ ਮੈਂ ਆਪਣੀ ਚੀਜ਼ ਸਿਫਤ ਕਰਾਂ। ਨਹੀਂ, ਪਿਛਲੇ ਵਾਰੀ ਮੈਂ ਆਖਿਆ ਭਾਈ ਰਾਮਨਗਰ ਦੀ ਕਲਾੜੀ ਜਿਹੜੀ ਬੜੀ ਸਵਾਦਲੀ ਹੈ, ਫਿਰ ਲੋਕੇ ਬੁਹਾਸਣਾ ਸ਼ੁਰੂ ਕਰੀ ਦੇ, ਨਹੀਂ ਮਾਰੇ ਪੰਚਾਇਰੀ ਦੀ ਬੜੀ ਸਵਾਦਲੀ ਹੈ। ਇਹ ਜੰਮੂ ਤੱਕ ਜਾਂਦੀ ਪੰਚਾਇਰੀ ਦੀ ਕਲਾੜੀ ਇੱਥੋਂ ਦੀ। ਅੱਛਾ, ਤੋ ਇਹ ਹੈ ਕਿ ਇੱਕ ਇੱਥੋਂ ਦੀ ਸਵਾਦਿਸ਼ਟ ਕਲਾੜੀ ਬਣਦੀ ਹੈ ਇੱਥੇ, ਇਹ ਦੇਸੀ ਮਤਲਬ ਦੁੱਧ ਦੀ ਕਲਾੜੀ ਹੈ। ਅੱਛਾ, ਅਤੇ ਪਨੀਰ ਆਖਦੇ ਭਾਈ ਬੜਾ ਮਸ਼ਹੂਰ ਹੈ, ਪਨੀਰ ਵੀ ਆ, ਪਨੀਰ ਵੀ ਹੈ, ਪਨੀਰ ਕੁਛ ਲੋਕ ਪਨੀਰ ਬਣਾਉਂਦੇ ਨਾ, ਤੇ ਜ਼ਿਆਦਾ ਉਹ ਕਲਾੜੀ ਬਣਦੀ ਹੈ ਇੱਥੇ। ਲੋਕਾਂ ਆਪਣਾ ਆਪਣਾ ਮਾਲ ਰੱਖੇ ਦਾ, ਮੰਝਾਂ ਰੱਖੀ ਦੀਆਂ, ਗਵਾਂ ਰੱਖੀ ਦੀਆਂ, ਘਰ ਪਾਲਦੇ ਨੇ ਦੁੱਧ, ਤੇ ਦੇਸੀ ਦੁੱਧ ਦੀ, ਤਾਜ਼ਾ ਦੁੱਧ ਦੀ ਕਲਾੜੀ ਜਿਹੜੀ ਹੈ, ਬਾਕੀ ਸਵਾਦਿਸ਼ਟ। ਅੱਛਾ ਮਾਸਟਰ, ਮੈਂ ਇਹ ਦੱਸੋ ਭਾਈ, ਤੁਸੀਂ ਉਮਰੀ ਦਾ ਇੱਕ ਬੜਾ ਲੰਮਾ ਪੈਂਡਾ ਦਿਖਿਆ ਹੈ, ਵਿਕਾਸ ਦੇ ਹਵਾਲੇ ਕਰਨਾ ਅਗਰ ਅਸੀਂ ਗੱਲ ਕਰਚੇ, ਤੇ ਵਿਕਾਸ ਨਾਂ ਦਾ ਕਿੰਨਾ ਕੁ ਸ਼ਿਥਾ ਹੋਇਆ ਜਾਂ ਕਰਨ ਦੀ ਜ਼ਰੂਰਤ ਹੈ? ਦਰਅਸਲ ਇਹ ਸਾਰਾ ਇਲਾਕਾ ਇਹ ਬੜਾ ਪਿਛਲੇ ਦਾ ਹਾਂ ਪਹਿਲੇ, ਲੇਕਿਨ 1970 ਕੋਲ ਹੋ ਰਹੇ ਗੌਰਮੈਂਟ ਦਾ ਇਸ ਇਲਾਕੇ ਦੇ ਪਾਸੇ ਕੁਛ ਖਿਆਲ ਆਇਆ, ਤੇ ਆਸਤਾ ਆਸਤਾ ਇਹ ਸੜਕ ਜਿਹੜੀ ਬਣੀ 1970 ਕੋਲ ਉਹਨੇ ਗੇ ਬਣੀ ਦੀ ਹੈ। ਅੱਛਾ, ਬਾਅਦ ਚ ਬਣੀ? ਬਾਅਦ ਚ ਬਣੀ, ਤੇ 1998 ਸ਼ਾਇਦ ਕੈਂਥਗਲੀ ਤੱਕ ਆਉਂਦੀ ਸੀ ਬੱਸ, ਸੜਕ ਕੱਚੀ ਸੀ, ਇੱਕ ਬੱਸ ਲੱਗੀ ਪੈਦਲ ਅੱਗੇ ਪੈਦਲ। ਅੱਛਾ, ਅਸੀਂ ਨੌਕਰੀ ਕੀਤੀ ਸੀ ਮਹਾਰਾਜ, ਮੈਂ ਗਲਿਓਤ ਤੱਕ ਪੈਦਲ ਸਫ਼ਰ ਕੀਤਾ, ਇਹ ਵਿਭਾਗ ਤੱਕ ਸਾਰਾ ਇਲਾਕਾ ਪੈਦਲ ਚੱਲਦੇ ਹੁੰਦੇ ਸੀ ਅਸ, ਤੇ ਡਿਪਟੀ ਪਰ ਜਾਂਦੇ ਹੁੰਦੇ ਸੀ। ਅੱਜ ਉਹ ਸਮੱਸਿਆ ਨਹੀਂ ਹੈ, ਅੱਜ ਜਗ੍ਹਾ ਜਗ੍ਹਾ ਮਤਲਬ ਗੱਡੀਆਂ ਜਾਂਦੀਆਂ ਹਨ, ਸੜਕਾਂ ਬਣੀ ਦੀਆਂ ਹਨ, ਤੇ ਹੋਰ ਸੜਕਾਂ ਵੀ ਬਣਾ ਕਰਦੀਆਂ ਹਨ, ਤੇ ਇਹ ਸਾਰੀ ਤਰੱਕੀ ਜਿਹੜੀ ਹੈ, ਬਿਜਲੀ ਹੈ ਇੱਥੇ, ਇਹ ਸੜਕ ਹੈ, ਇਹ ਮਤਲਬ ਇਹ ਹੈ ਕਿ ਇਹ 1970 ਕੋਲ ਉਹਲੇ ਹੋਲੇ ਕੇ ਸਾਰੀ ਤਰੱਕੀ ਜਿਹੜੀ ਹੋਈ ਹੈ। ਲੇਕਿਨ ਇੱਥੇ ਮੈਂ ਥੋੜਾ ਜਿਹਾ ਗੌਰਮੈਂਟ ਕੀ ਪਾਓ ਰੋਸ਼ਨੀ ਪਾਈ ਬੇਨਤੀ ਕਰੂੰਗਾ ਮੈਂ ਕਿ ਮਹਾਰਾਜ ਇਹ ਤਰੱਕੀ ਰਫ਼ਤਾਰ ਥੋੜੀ ਸੁਸਤ ਹੈ, ਤੇ ਥੋੜੀ ਤੇਜ਼ ਕੀਤਾ ਜਾਏ, ਤੇ ਇਹ ਇਲਾਕਾ ਮਾਰੇ ਕਸ਼ਮੀਰ ਕੋਲ ਘੱਟ ਨਹੀਂ ਹੈ। ਇਸ ਸਾਲ ਮੇਰਾ ਖਿਆਲ, ਮੇਰਾ ਇਹ ਅੰਦਾਜ਼ਾ ਹੈ, ਅਨੁਮਾਨ ਹੈ ਮੇਰਾ ਕਿ ਹਰ ਮਹੀਨੇ 6-7 ਹਜ਼ਾਰ ਟੂਰਿਸਟ ਇੱਥੇ ਆਉਂਦੇ ਨੇ। ਅੱਛਾ, ਇਹ ਇਸ ਵਾਰੀ ਵੀ ਆਏ ਨੇ। ਅੱਛਾ ਅੱਛਾ, ਇਹ ਕੀ ਅਸੀਂ ਗੱਡੀਆਂ ਜਿਹੜੀਆਂ ਸੜਕਾਂ ਆਵਾ ਦੀਆਂ ਜਾ ਦੀਆਂ ਚੱਲਦੇ ਦਿਖ ਰਹੇ ਹਾਂ, ਲੇਕਿਨ ਇੱਥੇ ਜਿਹੜਾ ਪੂਰੀ ਰਹਿਣ ਦੀ ਸੁਵਿਧਾ ਘੱਟ ਹੈ। ਅੱਛਾ, ਗੌਰਮੈਂਟ ਦੀ ਤਰਫ ਦਾ ਇੱਕ ਬਣਿਆ ਨਾ ਉੱਥੇ ਪੰਚਾਲੀ ਇੱਕ ਹੱਟ, ਲੇਕਿਨ ਉਸ ਉਹ ਸੁਵਿਧਾ ਕੋਈ ਹੋਈ ਸੁਵਿਧਾ ਨਹੀਂ ਹੈ, ਸੁਵਿਧਾ ਉਹ ਅਖੀ ਲੇਟਰ ਪਾਣੀ ਵਾਲਾ ਕੰਮ ਹੈ। ਉਹ ਜਿਹੜਾ ਦੂਆ ਹੋਮ ਸਟੇ ਵਾਲਾ ਸ਼ੁਰੂ ਕੀਤੇ ਦਾ ਕੰਮ, ਹੋਮ ਸਟੇ ਚਲਾ ਕਰਦਾ, ਕਿੰਨਾ ਕਿੰਨਾ ਲੈਂਦੇ ਤੁਸੀਂ, ਕਿੰਨੇ ਪੈਸੇ ਲੈਂਦੇ ਕੋਈ ਘਰ ਬੰਦਾ ਪਾਉਂਦਾ ਤੁੰਦੇ? ਮੈਂ ਤੇ ਹੋਮ ਸਟੇ ਰੱਖਿਆ ਨਹੀਂ ਹੈ, ਪਰ ਲੇਕਿਨ ਜਿਹਨੇ ਰੱਖੇ ਦਾ ਤੇ ਕੋਈ ਜ਼ਿਆਦਾ ਨਹੀਂ ਮਤਲਬ ਮੁਨਾਸਿਬ ਗੱਲ ਹੈ, 1500 ਰੁਪਏ ਹੋਰ ਕਿੰਨਾ? ਨਾ ਜੀ, ਇੰਨਾ ਕੁਛ ਹੈ, ਇੰਨਾ ਕੁਛ ਹੈ ਜੀ, 5-600 ਰੁਪਏ, 500 ਰੁਪਏ, ਹਾਂਜੀ ਜੀ, 1000 ਵੀ ਇੱਥੇ ਪੰਚਾਇਰੀ ਆ ਲੋਕ ਉਹਨੇ ਵੀ
ਚੱਲੇ ਵੀ ਆ ਰਹੇ ਦੇਖੋ ਸਰ ਇਹ ਗੱਡੀਆਂ ਜਾ ਰਹੀ ਔਰ ਅਸੀਂ ਦੇਖਿਆ ਮਾਸਟਰ ਜੀ ਫਿਰ ਗੱਡੀਆਂ ਉੱਪਰ ਗੱਡੀਆਂ ਚੜੀ ਦੀਆਂ ਲੋਕ ਬੜੇ ਇਹ ਟੂਰਿਸਟ ਸਭ ਟੂਰਿਸਟ ਹੈ ਮਹਾਰਾਜ ਜੀ ਇਹ ਨੇ ਕਿ ਦਿਨੇ ਇੱਥੇ ਮਤਲਬ ਠੰਡੀ ਹਵਾ ਲੈਣ ਵਾਸਤੇ ਆਉਂਦੇ ਨੇ ਤੇ ਇੱਥੇ ਆਉਣੀ ਸੁਵਿਧਾ ਨਹੀਂ ਹੈ ਤੇ ਇਸ ਵਾਸਤੇ ਸ਼ਾਮੀ ਹੋ ਸਕਦਾ ਨੇ ਉਦੋਂ ਪਹੁੰਚਾਈ ਨੇ ਉੱਥੇ ਕੋਈ ਰਹਿਣਾ ਯਾਨੀ ਕਿ ਅਗਰ ਸੁਵਿਧਾ ਇੱਥੇ ਹੋਇਆ ਮਹਿਕਮੇ ਜਿਹੜੇ ਖੜੇਰੇ ਗਏ ਦੇਣ ਜਿਹੀਆਂ ਸਰਕਾਰ ਆਖਦੀ ਹੈ ਭਾਈ ਜੰਮੂ ਵਾਲੀ ਬੱਕੀ ਵੀ ਅਸ ਤੇ ਤੁਸੀਂ ਲੱਗਦਾ ਭਾਈ ਜਿਹੜੀਆਂ ਪਹਿਲੇ ਸਰਕਾਰਾਂ ਆਈਆਂ ਉਹਨੇ ਜੰਮੂ ਕਿਤੇ ਹੀ ਨਜ਼ਰ ਅੰਦਾਜ਼ ਕੀਤਾ ਸਾਡੀ ਜਿਹੜੀਆਂ ਸੈਲਾਨੀ ਵਾਲੀ ਜਗ੍ਹਾ ਹੀ ਆ ਦਰਅਸਲ ਜ਼ਿਆਦਾ ਜ਼ੋਰ ਕਸ਼ਮੀਰ ਉੱਪਰ ਪਾਇਆ ਗਿਆ ਜੀ ਅਸ ਕਿਵੇਂ ਮੇਰਾ ਤਜਰਬਾ ਕੀ ਕਾਰਨ ਰਿਹਾ ਸਾਡੀ ਲੀਡਰਸ਼ਿਪ ਕਮਜ਼ੋਰ ਰਹੀ ਹੈ ਜਾਂ ਅਸ ਢਿੱਲੇ ਰਹੇ ਆ ਦਰਅਸਲ ਐਕਚੁਅਲੀ ਜਿਹੜੇ ਕਸ਼ਮੀਰ ਦੇ ਲੋਕ ਹੁਣ ਉਹ ਡਾਇਰੈਕਟਰ ਅਪਰੋਚ ਦਿੱਲੀ ਤੱਕ ਪੁੱਜੇ ਸਾਰੀ ਜੰਮੂ ਵਾਲੇ ਸਾਰੀ ਕੀ ਨਹੀਂ ਸੁਣੋਚੀ ਲੀਡਰ ਸਾਰੇ ਵੀ ਵੱਡੇ ਵੱਡੇ ਕੱਦਾਂ ਲੈਣ ਵੱਡੇ ਵੱਡੀਆਂ ਗੱਲਾਂ ਦੇਖੋ ਜੇ ਲੈ ਉਹਨੇ ਸੁਣੋ ਤੇ ਉਹ ਆਪਦੇ ਭਾਰ ਢਾਈ ਉੱਠਦੇ ਨੇ ਇੱਥਾਂ ਨਹੀਂ ਕੀ ਦਵੋਏ ਉਹ ਇੱਥੇ ਦਰਅਸਲ ਕੁਛ ਚਾਹੇ ਤੁਸੀਂ ਕੁਛ ਵੀ ਸਮਝ ਲਓ ਸਰ ਕੋਈ ਮਿਲੀ ਭਗਤੀ ਸਮਝੋ ਜਾਂ ਮਤਲਬ ਕੁਛ ਐਸਾ ਹੋ ਸਕਦਾ ਲੇਕਿਨ ਕੋਈ ਵਿੱਚ ਵਿੱਚ ਇਹ ਤਾਂ ਨਹੀਂ ਆ ਭਾਈ ਅਸ ਬੋਲ ਗਏ ਤੇ ਸਾਰੇ ਆਉਂਦੇ ਉਹਨੇ ਕੋਈ ਲੈਣੇ ਨਹੀਂ ਕਈ ਵਾਰੀ ਵੀ ਤਰਾ ਹੁੰਦਾ ਨਾ ਕੁਰਸੀ ਨਹੀਂ ਕੁਦੇ ਟੁਰੀ ਆ ਲੋਕ ਗੱਲ ਕਰਨੇ ਤਾਂ ਐਸਾ ਵੀ ਹਾਂ ਕੁਛ ਲੋਕ ਕਹਿੰਦੇ ਉਸ ਜਗ੍ਹਾ ਸਪਾਰਸ਼ੀ ਤੌਰ ਪਰ ਕਹੋ ਮੁੰਡੇ ਐਸਾ ਵੀ ਸੋਚਦੇ ਹੋ ਹੁੰਦਾ ਹੁੰਦਾ ਮਾਰੇ ਕੁਰਸੀ ਹਾਂਜੀ ਹਾਂਜੀ ਲਾਓ ਲਾਓ ਮਾਰੇ ਹਾਂਜੀ ਹਾਂਜੀ ਐਮਐਲਏ ਸਾਹਿਬ ਨੂੰ ਬੋਲੋ ਤੁਸੀਂ ਮੈਂ ਇੱਕ ਐਕਸਮੈਨ ਆ ਔਰ ਇਹ ਬਾਬਾ ਸੰਗਰੀ ਸਾਡਾ ਇੱਕ ਅਸੇ ਦੇ ਚੇਲੇ ਵੀ ਆ ਅੱਛਾ ਮੈਂ ਆਖੂੰ ਪ੍ਰਧਾਨ ਮੰਤਰੀ ਸਾਹਿਬ ਔਰ ਜਤਿੰਦਰ ਸਾਹਿਬ ਆਦਰਨੀਏ ਸਾਹਿਬ ਹੁਣ ਆਏ ਇੱਥੇ ਆਖਿਆ ਕਿ ਜੇ ਉਹ ਅੱਜ 5000 ਗੱਡੀ ਅੱਜ ਦੀ ਡੇਟ 5000 ਗੱਡੀ ਸਾਡੀ ਚੈੱਕ ਕਰ ਸਕਦੇ ਤੁਸੀਂ ਰੋਡ ਦੀ ਹਾਲਤ ਦੇਖੋ ਟੂਰਿਸਟ ਹੱਟ ਦੇਖੋ ਕੋਈ ਬੰਦੋਬਸਤ ਨਹੀਂ ਸਰ ਅੱਛਾ ਬਾਕੀ ਖੈਰ ਉਹਨੇ ਕਾਲਜ ਆਖਿਆ ਤੇ ਸਿਆਣੇ ਸਿਆਣੇ ਬੰਦੇ ਹੀ ਪਤਾ ਹੈ ਉਹ ਫੌਰੀ ਐਕਸ਼ਨ ਹੋਣਾ ਚਾਹੀਦਾ ਰੋਡ ਦਾ ਕੰਮ ਸਾਂਕਰੀ ਟੂ ਸਾਂਕਰੀ ਔਰ ਉੱਪਰੇ ਜਿਹੜੇ ਸਾਡੇ ਜੰਮੂ ਦੇ ਲੋਕ ਜਾਂ ਜਿਹੜੇ ਦਿੱਲੀ ਬੰਬੇ ਦੇ ਵਰ ਦੇਣ ਅਗਰ ਜਨਾਬ ਕਹਿੰਦਾ ਮੈਂ ਆਪਣਾ ਤੋਂ ਥੋੜ੍ਹੀ ਖਰਚਾ ਦੇ ਸਕਣਾ ਜਾਓ ਦੇਖੋ ਆਪਣਾ ਲਗਾਤਾਰ ਕਿੰਨੀ ਅੱਛੀ ਟੂਰਿਸਟ ਬੱਸ ਇਹ ਪਲੇਸ ਹੈ ਇਹ ਰੋਡ ਦੀ ਕਮੀ ਰੋਡ ਦੇ ਜਿਹੜੇ ਕੰਮ ਹੋਣਾ ਚਾਹੀਦਾ ਉਹ ਰੋਡ ਪਹਿਲਾ ਨੰਬਰ ਟਾਪ ਟੂ ਟਾਪ ਰੋਡ ਮੈਂ ਜ਼ਿਆਦਾ ਨਾ ਭਾਸ਼ਣ ਦਿੰਦੇ ਹੋਏ ਸਾਡੇ ਬੜੇ ਬੜੇ ਅੱਛੇ ਬੱਚੇ ਮਾਸਟਰ ਪੁਰਾਣੇ ਐਮਐਲਏ ਸਾਹਿਬ ਪਤਾ ਲੱਗਾ ਇੱਕ ਭਾਈ ਇਥੋਂ ਸਨਾਸਰ ਵੀ ਕੋਈ ਰਸਤਾ ਬਣਾ ਕਰਦਾ ਸਰ ਸਨਾਸਰ ਆਪਣਾ ਪਤਨੀ ਟਾਪ ਲਿੰਕ ਥੋੜੇ ਥੋੜੇ ਰਹੀਏ ਉਹ ਕੀ ਰੇ ਸਰ ਸਰਕਾਰ ਔਰ ਗਵਰਨਮੈਂਟ ਠੇਕੇਦਾਰਾਂ ਦੀ ਕਮੀ ਪੈਸਾ ਦਿੰਦਾ ਉਹ ਪ੍ਰਧਾਨ ਮੰਤਰੀ ਅੱਗੇ ਨਹੀਂ ਲੱਗਾ ਰਹੇ ਨਹੀਂ ਆਖੇ ਬੋਰੀਆਂ ਦੀ ਬੋਰੀਆਂ ਨੋਟ ਆ ਉਹ ਅਸ ਜਨਾਬ ਮੈਂ ਨਿਕਾ ਹੋਟਲ ਫੌਜੀ ਬੰਦਾ ਇਹ ਮੈਂ ਪੱਥਰ ਘੇਰੇ ਮੈਂ ਅਸੀਂ ਕੀ ਪਤਾ ਕੁਛ ਦਬੋਵਾਰ ਦਾ ਕੌਣ ਖਾਰਦਾ ਕੌਣ ਨਹੀਂ ਖਾਰਦਾ ਆ ਸੁਣੋ ਕੁਛ ਸ਼ਿਕਾਇਤ ਕਰਦੇ ਉਹ ਦੇਖਣ ਲੀਡਰ ਸਾਡੇ ਜਿਹੜੇ ਜ਼ਿੰਮੇਵਾਰ ਮੌਜੂਦ ਆਦਮੀ ਛੋੜਦੇ ਉਹ ਦੇਖਣਗੇ ਸਾਡਾ ਰੋਡ ਜਾਂ ਸਾਡਾ ਕਾਲਜ ਜਾਂ ਇਹ ਪਹਾੜੇ ਦੇਖੋ ਅੱਜ ਕੀ ਆ ਵਰਦੇ ਲੋਕ ਉਹਨੀ ਪਤਾ ਅੱਛੇ ਲੋਕ ਹੁਣ ਵਾਤਾਵਰਨ ਅੱਛਾ ਭੋਲੇ ਭਾਲੇ ਲੋਕ ਹੁਣ ਠੰਡੇ ਪਾਣੀ ਠੰਡੀਆਂ ਛਵਾਂ ਲੇਕਿਨ ਬੰਦੋਬਸਤ ਕੋਈ ਨਹੀਂ ਜ਼ੀਰੋ ਟੂ ਜ਼ੀਰੋ ਬੰਦੋਬਸਤ ਹੈ 1980 ਦਾ ਰੋਡ ਸੁਣਿਆ ਕਿ ਪੱਕਾ ਕੀਤਾ ਤਾਂ ਡਬਲ ਲੇਕਿਨ ਦੇਖੀ ਲਾ ਰੋਡ ਦੀ ਹਾਲਤ ਤੋਂ ਸਰ ਮੇਨ ਗੱਲ ਹੈ ਰੋਡ ਅਗਰ ਇਹ ਬੰਦੇ ਬਾਹਰ ਦੇ ਹੁੰਦੇ ਸਾਡੇ ਲੱਖਾਂ ਬੱਚੇ ਕਾਰੋਬਾਰ ਕਰਦੇ ਨੇ ਅੱਜ ਮੇਰੇ ਕੋਲ 20 ਆਦਮੀ ਦੀ ਰੋਟੀ ਨੇਤੀ ਪੈਕ ਕਰਾਈ ਨੇ ਜਨਾਬ ਮੈਂ ਮੂਲੀ ਬੰਦਾ ਹੈ ਉਹਨੇ ਵੀ ਸਾਹਿਬ ਆਖਿਆ ਸ਼ਾਬਾਸ਼ ਵੈਰੀ ਗੁੱਡ ਮੈਂ ਬਜ਼ੁਰਗ ਹਾਂ ਤੇ ਰੋਡ ਦਾ ਔਰ ਸਕੂਲ ਦਾ ਬਾਕੀ ਪੁੱਛ ਲਓ ਇਹ ਜਾਗ ਸਾਡਾ ਇਹ ਬੜੇ ਗੱਲਬਾਤ ਕਰਨੀ ਜਾਣਦੇ ਨੇ ਮਾਸਟਰ ਪੁਰਾਣੇ ਐਮਐਲਏ ਮੈਂ ਐਕਸਮੈਨ ਸਰ ਮੈਂ ਆਉਣਾ ਪਿਆਟੀਏ ਦਾ ਉੱਠਿਆ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਸਾਹਿਬ ਕੀ ਆਖੂੰ ਕਿ ਅੱਜ ਜਨਾਬ ਤੁਹਾਡਾ ਮੌਕਾ ਪਹਿਲਾਂ ਕਿੰਨੇ ਸਾਲ ਦੇ ਜਾਣੇ ਅੱਜ ਤੁਸੀਂ ਮੋਦੀ ਸਾਹਿਬ ਕਨੇ ਰਹੇ ਅੱਜ ਕਿਉਂ ਨਹੀਂ ਸਾਡਾ ਇੱਕ ਦੋ ਦਿਖਾਰਦੇ ਕਿ ਥੋੜੇ ਲੋੜ ਨਹੀਂ ਆ ਜੇ ਕੰਨ ਨਹੀਂ ਆਣ ਜਾਂ ਤੁਸੀਂ ਚਲੋ ਜੀ ਤੁਹਾਡੀ ਜਿਹੜੀ ਸ਼ਿਕਾਇਤ ਹੈ ਮਤਲਕਾ ਮਹਿਕਮੇ ਤੱਕ ਔਰ ਮਤਲਕਾ ਲੋਕਾਂ ਤੱਕ ਪਹੁੰਚਾਈ ਦਿੱਤੀ ਜਾਗ ਇਹ ਪੰਚਾਇਤੀ ਹੈ ਤੁਸੀਂ ਜੀਆਂ ਮਾਸਟਰ ਨੇ ਦੱਸਿਆ ਕਿ ਪੂਰੀ ਇਹਦੀ ਭੂਗੋਲਿਕ ਸਥਿਤੀ ਇੱਥੋਂ ਦਾ ਮੌਸਮ ਔਰ ਜ਼ਰੂਰਤ ਇੱਥੇ ਇਹ ਹੈ ਕਿ ਸੜਕਾਂ ਦੇ ਕੰਮ ਜਿਹੜੇ ਨੇ ਉਹ ਲੱਗੇ ਦੇ ਨੇ ਪਰ ਸੁਣਨੇ ਚ ਆਇਆ ਕਿ ਇੱਥੋਂ ਸੰਨਾਸਰ ਜਾਂ ਪਤਨੀਟਾਪ ਤੱਕ ਇੱਕ ਲਿੰਕ ਰੋਡ ਜਿਹੜਾ ਹੈ ਉਸ ਦਾ ਕੰਮ ਵੀ ਲਵਾਇਆ ਜਾਗ ਪਰ ਲੋਕਾਂ ਦੀ ਇਹ ਸ਼ਿਕਾਇਤ ਹੈ ਕਿ ਉਹ ਕੰਮ ਜਿਹੜਾ ਬੜੀ ਮੱਠੀ ਰਫਤਾਰ ਚ ਚਲਾ ਕਰਦਾ ਹੈ ਪ੍ਰਸ਼ਾਸਨ ਕੀ ਔਰ ਮਹਿਕਮੇ ਕੀ ਚਾਹੀਦਾ ਹੈ ਕਿ ਇਸ ਰਫਤਾਰ ਕੀ ਥੋੜਾ ਵਧਾਉਣ ਤਾਂ ਕਿ ਜਿਹੜੇ ਸੈਲਾਨੀ ਇਸ ਪੰਚਾਇਤੀ ਚ ਆਵਾ ਕਰਦੇ ਨੇ
ਉਹ ਇੱਥੋਂ ਆਉਂਦੇ ਹੋਏ ਸੰਨਾਸਰ ਜਾਂ ਪਤਨੀਟਾਪ ਵੀ ਜਾਈ ਸਕਣ, ਉਸ ਕੰਨੇ ਕਿ ਉਹ ਇੱਕ ਤੇ ਬੇਰੋਜ਼ਗਾਰੀ ਦੀ ਸਮੱਸਿਆ ਜਿਹੜੀ ਇਸ ਇਲਾਕੇ 'ਚ ਹੈ ਉਹ ਦੂਰ ਹੋਗ, ਔਰ ਜਿਹੀਆਂ ਜਿਹੀਆਂ ਸੈਲਾਨੀਆਂ ਦੀ ਤਾਦਾਦ ਗਿਣਤਰੀ ਇਸ ਵਕੀ ਵਧੂਗ, ਇਹਨਾਂ ਲੋਕਾਂ ਦਾ ਵੀ ਜਿਹੜੇ ਪਿਛੜੇ ਦੇ ਲੋਕ ਹਨ ਇਹਦਾ ਆਰਥਿਕ ਸਤਰ ਜਿਹੜਾ ਹੈ ਉਹ ਵੀ ਥੋੜ੍ਹਾ ਉੱਪਰ ਚੁਕੋਗ, ਔਰ ਪੂਰੀ ਇਹ ਜਿਹੜਾ ਇਲਾਕਾ ਹੈ ਇਸ ਦੀ ਪੂਰਾ ਪੂਰਾ ਜਿਹੜਾ ਫਾਇਦਾ ਹੈ ਉਹ ਜ਼ਰੂਰ ਹੋਗ।